बिजन पंजाब टीवी देख रहे सारे दर्शकों का प्रोग्राम चर्चा का मुद्दा भी स्वागत है जी। पंजाब भर के नवे अकाली दल की चर्चा खूब हो रही है, पर इन चर्चावान कितना कितने अकाली दल की चर्चा नाल होंगी है बादलों के दल की। बिल्कुल जी, प्रकाश सिंह बादल, सुखबीर बादल ते उन्हां दे साथी समुचे पंजाब दे विच धरने लाउण निकलदे ने कि पेट्रोल डीजल दीआं कीमतां वध रहीआं ने, उन्हां नूं ठल पाई जावे। केंद्र दे हवाले नाल प्रदर्शन कर निकलिया अकाली दल, निशाने ते कैप्टन सरकार नूं रखदा कि बैट वापस लो, पर अचानक सुखबीर सिंह बादल दिल्ली नूं चिट्ठी लिख दिंदे ने कि बिजली का निजीकरण जिहड़ा होण जा रिहा है, बिजली की वंड का जिहड़ा निजीकरण होण जा रिहा, उह सूबिआं दे खिलाफ़ है, सूबिआं दे हक खोण वर्गा है। की अकाली दल अपनी रवायत वल पंजाब हित वल मुड़ना चाहुंदा, अकाली दल अपना खोया वोट बैंक हासिल करना चाहुंदा, जां फिर ढींडसे होरां दे दल की नवी आमद तो बाद उन्हूं चिंता हो गई है कि जिहड़ा थोड़ा बहुत बचिया साडा आधार है कितें उन्हूं भी खोरा ना लग जाए, की ने इहदे मायने। सो इस सारे मसलों से चर्चा करांगे, चर्चा करन लई माहर मेहमान सीनियर पत्रकार जय सिंह छिब्बर जी साडे नाल ने। छिब्बर भाजी स्वागत करदे हां तुहाडा, धन्नवाद। छिब्बर भाजी, तीन आर्डीनेंस वाला मसला, तां वी अकाली दल दूए पासे खड़िया, जदों देश दे विच नागरिकता सोध बिल वाला मसला आउंदा है तां वी दूए पासे खड़िया, जदों घट गिणती वाले मसले जम्मू कश्मीर वाला मसला आउंदा तां दूए पासे वोट पाउंदा, अचानक हुण चिट्ठी कित्थों याद आ गई? इह चिट्ठी की ढींडसा उहनां दा दल कारण है कि पंजाब दे विच अकाली दल दे खोरा लगण कारण है, की कारण है? तुहानूं की लगदा कि सुखबीर बादल उहनां ने मोड़ा कट लिया? देखो, जिहड़ी चिट्ठी दी तुसीं गल करी आ मोड़ा कट्टण वाली, मोड़ा तां कट ही रहे ने दीपक जी। देखो, सब तो वड्डी गल इह है, जिहड़ी अकाली सियासत आ ਉਹ ਮੇਨ ਸਿੱਖੀ ਪੰਥਕ ਮੁੱਦੇ ਤੇ ਖਾਸ ਕਰਕੇ ਜਿਹੜੀ ਕਿਸਾਨੀ ਆ ਉਹ ਵੋਟ ਬੈਂਕ ਦੇ ਪਿੰਡੂ ਵੋਟ ਬੈਂਕ ਕਿਸਾਨੀ ਵੋਟ ਬੈਂਕ ਨੂੰ ਲੈ ਕੇ ਰਾਜਨੀਤੀ ਕਰਦੀ ਰਹੀ। ਬਿਲਕੁਲ, ਤੇ ਅਕਾਲੀ ਦਲ ਖੇਤਰੀ ਪਾਰਟੀ ਹੈ, ਫੈਡਰਲ ਢਾਂਚੇ ਦੀ ਹਮੇਸ਼ਾ ਗੱਲ ਕਰਦੀ ਰਹੀ, ਸੰਘੀ ਢਾਂਚੇ ਦੀ ਗੱਲ ਕਰ ਰਹੀ, ਪਰ ਕੁਝ ਪਿਛਲੇ ਕੁਝ ਸਾਲਾਂ ਤੋਂ ਅਕਾਲੀ ਦਲ ਨੇ ਪੰਜਾਬ ਦੇ ਜਿਹੜੇ ਹੱਕੀ ਮਸਲੇ ਸੀਗੀਆਂ, ਹੱਕੀ ਮੰਗਾਂ ਸੀਗੀਆਂ, ਉਹਨਾਂ ਨੂੰ ਛੱਡ ਕੇ, ਫੈਡਰਲ ਢਾਂਚੇ ਦੀਆਂ ਗੱਲਾਂ ਨੂੰ ਛੱਡ ਕੇ ਕੇਂਦਰ ਵਾਲੇ ਪਾਸੇ ਨੂੰ ਜ਼ਿਆਦਾ ਝੁਕਦਾ ਰਿਹਾ, ਜ਼ਿਆਦਾ ਝੁਕਦਾ ਰਿਹਾ। ਬਿਲਕੁਲ, ਜਿਵੇਂ ਕਿ ਤੁਸੀਂ ਦੱਸਿਆ ਵੀ ਕਿਹੜੇ ਕਿਹੜੇ ਮੁੱਦਿਆਂ 'ਤੇ ਉਹ ਕੇਂਦਰ ਦੇ ਪੱਖ ਦੇ ਵਿੱਚ ਪੂਰਿਆ। ਹੁਣ ਤੁਸੀਂ ਦੇਖੋ, ਕੇਂਦਰ ਸਰਕਾਰ ਵੱਲੋਂ ਜਿਹੜਾ ਬਿਜਲੀ ਐਕਟ ਆ ਉਹਦੇ ਵਿੱਚ 2020 ਦੇ ਵਿੱਚ ਸੋਧ ਕਰਨ ਜਾ ਰਹੀ ਜੀ ਜੀ ਬਿਜਲੀ ਐਕਟ 2020 ਸੋਧ ਕਰਨ ਜਾ ਰਹੀ ਹੈ। ਇਸ ਮੁੱਦੇ ਪਰ ਅਕਾਲੀ ਦਲ ਦਾ ਯੂ ਟਰਨ ਲੈਣਾ, ਕਿਤਨਾ ਕਿਤੇ ਇਹ ਗੱਲ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਅਹਿਸਾਸ ਹੋ ਗਈ ਕਿ ਸਾਡੇ ਪੈਰਾਂ ਥੱਲੇ 'ਤੇ ਜਿਹੜੀ ਜ਼ਮੀਨ ਮਾੜੀ ਮੋਟੀ ਬਚੀ ਆ ਉਹ ਵੀ ਖਿਸਕ ਰਹੀ ਹੈ, ਤੇ ਉਹ ਵੀ ਨਾ ਖਿਸਕ ਜਾਵੇ, ਇਸ ਕਰਕੇ ਉਹਨਾਂ ਨੂੰ ਯੂ ਟਰਨ ਲੈਣਾ ਪਿਆ। ਕਿਉਂਕਿ ਇੱਕ ਇੱਕ ਫੈਸਲੇ ਨਾਲ ਕੇਂਦਰ ਸਰਕਾਰ ਸੰਘੀ ਢਾਂਚਾ ਦਾ ਮਤਲਬ ਸਟੇਟਾਂ ਦਾ ਗਲਾ ਘੁੱਟ ਰਹੀ ਹੈ, ਗਲਾ ਘੁੱਟਦੀ ਜਾ ਰਹੀ ਹੈ। ਇਸੇ ਕਰਕੇ ਅਕਾਲੀ ਦਲ ਨੇ ਸੋਚਿਆ ਵੀ ਅੱਗੇ ਅੱਗੇ ਤਾਂ ਇਹ ਹੋਰ ਆ ਜਿਹੜਾ ਸਾਰਾ ਕੁਝ ਨੁਕਸਾਨ ਹੋਊਗਾ, ਵੀ ਕਿਤੇ ਜਾਵੇ ਕਿ ਜਾ ਕੇ ਤਾਂ ਬ੍ਰੇਕਾਂ ਲਾਉਣੀਆਂ ਪੈਣੀਆਂ। ਚੰਗੀ ਗੱਲ ਆ ਵੀ ਸਰਦਾਰ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖੀ ਹੈ ਤੇ ਫੈਸਲਾ ਵਾਪਸ ਲੈਣ ਦੀ ਅਪੀਲ ਕੀਤੀ ਹੈ। ਇਸ ਗੱਲ ਦੇ ਵਿੱਚ ਸੁਖਬੀਰ ਬਾਦਲਾਂ ਦੀ ਤਾਰੀਫ ਵੀ ਕਰਨੀ ਚਾਹੀਦੀ ਹੈ, ਪ੍ਰਸ਼ੰਸਾ ਕਰਨੀ ਬਣਦੀ ਹੈ ਕਿ ਜਾਗੇ, ਭਾਵੇਂ ਕਿ ਲੇਟ ਜਾਗੇ, ਚਲੋ ਜਾਗੇ ਉਦੋਂ ਹੀ ਸਵੇਰਾ। ਬਿਲਕੁਲ ਬਿਲਕੁਲ, ਇਸ ਮਾਮਲੇ ਦੇ ਵਿੱਚ ਦੋ ਗੱਲਾਂ, ਕਿਉਂਕਿ ਜਿਵੇਂ ਤੁਸੀਂ ਦੱਸਿਆ ਹੈ ਕਿ ਕਿਸਾਨੀ ਵਾਲੇ ਜਿਹੜੇ ਮੁੱਦੇ ਆਏ, ਮੰਡੀ ਦਾ ਮੁੱਦਾ ਆਇਆ, ਜਿੰਨੇ ਤਿੰਨ ਆਰਡੀਨੈਂਸ ਆਏ, ਬਾਰ ਬਾਰ ਅਕਾਲੀ ਦਲ ਦੀ ਲੀਡਰਸ਼ਿਪ ਨੇ ਕੇਂਦਰੀ ਫੈਸਲੇ ਨੂੰ ਸਰਾਹਿਆ। ਹਾਂ, ਸਹੀ ਦੱਸਿਆ ਉਹਨੂੰ, ਸਹੀ ਕਹਿੰਦੇ ਕਿ ਕੋਈ ਏਜੰਸੀ ਭਾਅ ਨਹੀਂ ਖਤਮ ਹੋਣਗੇ, ਕੋਈ ਮੰਡੀਆਂ ਨਹੀਂ ਖਤਮ ਹੋਣੀਆਂ, ਨਹੀਂ ਖਤਮ ਹੋਣੇ, ਕੋਈ ਮੰਡੀਆਂ ਜਿਹੜੀਆਂ ਖਤਮ ਨਹੀਂ ਹੋਣੀਆਂ। ਜਦ ਕਿ ਸਿੱਧੀ ਗੱਲ ਆ, ਤੁਹਾਡੇ ਯਾਦ ਹੋਣਾ ਕੱਲ ਦਾ ਜਿਹੜਾ ਹਰਿਆਣਾ ਸਰਕਾਰ ਦਾ ਆਪਣਾ ਗੁਆਂਢੀ ਸੂਬਾ, ਉਹਨੇ ਫੈਸਲਾ ਕੀਤਾ ਕੱਲ ਨੋਟੀਫਿਕੇਸ਼ਨ ਕਰਕੇ ਹਰਿਆਣੇ ਦੀਆਂ ਸਾਰੀਆਂ ਮੰਡੀਆਂ ਇੱਕੋ ਝਟਕੇ ਨਾਲ ਰੱਦ ਕਰਤੀਆਂ। ਬਿਲਕੁਲ, ਸਾਰੇ ਚੇਅਰਮੈਨ ਹਟਾ ਤੇ, ਸਾਰੇ ਵਾਈਸ ਚੇਅਰਮੈਨ ਹਟਾ ਤੇ, ਸਾਰਾ ਕੁਛ ਮੰਡੀਕਰਨ ਸਿਸਟਮ ਦਾ, ਜਾਣੀ ਕਿ ਕੱਲ ਉਹਨਾਂ ਨੇ ਭੋਗ ਪਾਤਾ ਹਰਿਆਣਾ ਨੇ। ਜੇ ਉਹ ਫੈਸਲਾ ਲਾਗੂ ਹੋ ਜਾਂਦਾ ਤਾਂ ਉਹ ਪੰਜਾਬ ਦੇ ਵਿੱਚ ਵੀ ਸਮੁੱਚਾ ਜਿਹੜਾ ਮੰਡੀਕਰਨ ਸਿਸਟਮ ਆ ਉਹ ਡਗਮਗਾ ਜਾਣਾ। ਇਸ ਕਰਕੇ ਸੁਖਬੀਰ ਬਾਦਲ ਉਹਨਾਂ ਨੇ ਜਿਹੜਾ ਉਹ ਫੈਸਲਾ ਕੀਤਾ, ਚਿੱਠੀ ਲਿਖੀ ਆ, ਚੰਗੀ ਗੱਲ ਆ, ਤੇ ਇਸ ਫੈਸਲੇ ਪਰ ਅਕਾਲੀ ਦਲ ਨੂੰ ਦ੍ਰਿੜ ਜਾਣੀ ਕਿ ਫੈਸਲਾ ਲੈਣਾ ਪਵੇਗਾ ਤੇ ਖੜਨਾ ਵੀ ਪਵੇਗਾ। ਜੇਕਰ ਉਹਨਾਂ ਨੂੰ ਆਪਣੀ ਦਿੱਲੀ ਦੇ ਵਿੱਚ ਕਹਿੰਦੀ ਲੀਡਰਸ਼ਿਪ ਦੇ ਵਿੱਚ ਕੁਰਸੀ ਛੱਡਣੀ ਪਵੇ ਤਾਂ ਉਹਨੂੰ ਛੱਡਣੀ ਚਾਹੀਦੀ ਆ, ਕਿਉਂਕਿ ਪੰਜਾਬ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ, ਵਿੱਤੀ ਤੌਰ 'ਤੇ ਵੀ ਨੁਕਸਾਨ ਹੋਇਆ ਅਤੇ ਨਾਲ ਦੀ ਨਾਲ ਜਿਹੜਾ ਪੰਜਾਬ ਦੀ ਜਿਹੜੀ ਨੌਜਵਾਨੀ ਆ ਉਹਦਾ ਵੀ ਨੁਕਸਾਨ ਹੋ ਰਿਹਾ, ਆਰਥਿਕ ਤੌਰ ਦੇ ਨਾਲ ਨਾਲ ਪੰਜਾਬ ਦੀ ਜਿਹੜੀ ਭੂਗੋਲਿਕ ਸਥਿਤੀ ਆ ਉਹਦਾ ਵੀ ਵੱਡਾ ਨੁਕਸਾਨ ਹੋਇਆ। ਸਮੇਂ ਸਮੇਂ ਜਿਹੜੀ ਕੇਂਦਰ ਦੀ ਸਰਕਾਰ ਆ ਉਹਨੇ ਪੰਜਾਬ ਦਾ ਨੁਕਸਾਨ ਕੀਤਾ, ਚਾਹੇ ਤਾਂ ਪਹਾੜੀ ਰਾਜਾਂ ਨੂੰ ਤੁਸੀਂ ਦੇਖਿਆ ਹੋਣਾ ਵੱਧ ਅਧਿਕਾਰ ਦਿੱਤਾ, ਉਹਦੇ ਨਾਲ ਜਿਹੜੀ ਪੰਜਾਬ ਦੀ ਇੰਡਸਟਰੀ ਸੀਗੀ ਸਾਰੀ ਤਬਾਹ ਹੋ ਗਈ, ਹਿਮਾਚਲ ਚਲੇ ਗਈ ਜਾਂ ਹੋਰ ਰਾਜਾਂ ਦੇ ਵਿੱਚ ਚਲੇ ਗਈ, ਅਤੇ ਇਸੇ ਕਰਕੇ ਜਿਹੜਾ ਡਰੱਗ ਦੇ ਮੁੱਦੇ ਪਰ ਵੀ ਪੰਜਾਬ ਦਾ ਨੁਕਸਾਨ ਹੋ ਰਿਹਾ।
2.5 लाख करोड़ के करीब। छिब्बड़ जी, पंजाब पंजाब की लीडरशिप, पंजाब दी वखो राजनीतिक पार्टियां लंबा समय तो मंग करदी रही हैं कि जे अधिकार उन्होंने सूबे नूं मिलते तो असी भी सरहदी सूबा, असी भी हमेशा मतलब कि लड़ाई असी चलते हैं, मूहरे हिक्कां ताण के पंजाब खड़ा लड़न लई, ते इसलिए वो फायदा पंजाब नूं मिलना चाहिए, पर वो पर कदे गौर नहीं, उल्टा हुण कट्टे जा रहे हैं सूबे दे अधिकार। बिल्कुल, ये जिहड़ी गल तुसीं कह रहे हो भी संघी ढांचे का जिहड़ी मोदी सरकार आ वो गला घुटदी जा रही थी, हुण इन्हां नूं जिहड़ा फैसला वो इन्होंने बदलिया, चाहे इस करके बदलिया कि उन्हां दी जिहड़ी राजनीतिक तौर पर जिहड़ी जमीन आ वो खिसकदी जा रही है। दो दिन पहला ही जिहड़े सुखदेव सिंह ढींडसा उन्होंने अकाली दल के नवे प्रधान बन गए, वो कह रहे थे सुखबीर बादल नूं हटा के हटा दिता असी बन गए, कितना कितना जिहड़ा कानूनी रिड़क है इन्हां दोवां पार्टियां दे विच पै गया। अकाली दल पहले ही फसया होया क्योंकि दो संविधान है जिहड़े इस मुद्दे दे पिछे मामला जिहड़ा कानूनी अदालतां दे विच सामना करिया अकाली दल, तुहाडे बलवंत सिंह खेड़ा ने जिहड़े कि सोशलिस्ट पार्टी दे प्रधान ने हुशियारपुर नूं बिलोंग करदे ने, उन्होंने जिहड़ा केस पाया होया इस मामले विच, कितना कितने हो सकता भी सुखदेव सिंह ढींडसा होरां नूं लगता होवे भी अकाली दल नूं इक स्टैंड पर खड़ना पैना, एक संविधान मनना पैना, कोई एक मनूगा वो तो बाद हो सकता भी उन्हों का जिहड़ा फैसला सुप्रीम कोर्ट का जो आऊँगा जो अदालत का फैसला आता है भी वह फायदा जो सुखदेव सिंह ढींडसा ले जाए। तो इस मामले के जिन्हें अकाली दल आ जोड़े जोड़े होर आगू आ हो सकता भी वो सुखदेव सिंह ढींडसा के नाल चले जाए, क्योंकि सुखदेव सिंह ढींडसा एक देखो अजिहे आगू ने, एक तो घट बोलते हैं शांत सुभा वाले आगू मने जाते हैं, लंबा समा उन्हों का अकाली दल की सियासत तजर्बा भी है, सिख सियासत बारे भी उन्होंने पता है, पर उन्होंने पर पिछले जो कैरियर है उन्होंने पर किसी तरह का कोई भ्रिष्टाचार का इदा का एलीगेशन नहीं लगे, जो उन्होंने मतलब दामन आ राजनीतिक करैक्टर तौर पर वो बिल्कुल मतलब साफ समझा जा रहा है, देखा जा रहा है। इस करके जी बाकी की लीडरशिप आ जेकर हालात पंजाब के होर चेंज होंगे ने तो उन्होंने ये लग रहा है जिमें कि सुखदेव सिंह ढींडसा या परमिंदर ढींडसा या होर दावे करते हैं कि अकाली दल के जिहड़े होर लीडर आने वाले दिनों के इन्हों के नाल रलेवा करे या शामिल हो गए, अकाली दल के लीडर उधर शामिल हो गए या टकसाली शामिल हो गए, ये अपने आप सवाल क्योंकि अकाली दल की बजाय टकसाली पहला चले गए उधर। बिल्कुल, देखो इन्हों ज गलां तो आप जो गल कह लिए भी जदों तो बागी हो के राज्यसभा मैंबर सुखदेव सिंह ढींडसा स्टेजा साझियां कर लगे ने, सुखबीर बादल के खिलाफ सरेआम बोलन लगे लगे उदों तो ही इन्हां दीआं जिहड़ीआं गल्लां बातां तीआं चलदीआं रहीआं ने लोक सभा चोणां दे पिछे नेड़े तेड़े, पर हुण जिहड़ी कि इह जदों जिहड़ी ताज़ा इन्हां ने हुण पार्टी बणाई आ उहदे विच अकाली दल टकसाली दे प्रधान रणजीत सिंह ब्रह्मपुरा नूं छड्ड के जिहड़े बाकी आ वीर दविंदर सेखवां जां बब्बी बादल जां होर उह तां सारे चले ही गए ने, कितना किते इह लग रिहा है भी आउण वाले दिनां दे विच ब्रह्मपुरा दा जिहड़ा हुण सवाल पैदा हुंदा है सुखदेव सिंह ढींडसा नाल जांदे आ जां बैक अकाली दल नाल जांदे ने, इह देखण वाली गल होवेगी भी किवें, क्योंकि उह कई वारी बीमार हो चुके ने हुण भी उह पीजीआई दे विच बीमार ने ते उहनां दा हाल चाल पुछण वास्ते अकाली दल मैं दुबारा तुहानूं सुखबीर वाले इस तों पहलां कि आपां कांग्रेस सरकार नूं भी इह च फरोलीए क्योंकि जे अकाली दल मोड़ा कट रहे तां कांग्रेस नूं भी सोचना पैणा, उहदी सरकार आ ते उहदे नाकामियां नाल झोली वध भरी होई है इस समें, पर सुखबीर बादल दा चिट्ठी लिखणा की सिर्फ सूबे दी चिंता जां अपनी पार्टी की चिंता, क्योंकि तुसीं जिवें कह रहे हो कि अकाली दल बराबर खड़ा हो गया एक इसलिए उहदे नाल भी टक्कर लैणी है, हुण की श्रोमणी अकाली दल बतौर विरोधी पार्टी हुंदिया कांग्रेस सरकार नाल वध टक्कर लैंदा नजर आऊगा कि अपने भाईवालां नाल अपने ही साथियां नाल लड़दा ज़्यादा नज़र आऊगा, इसलिए उहदी जिहड़ी धार आ खुंडी हो रही है तां उहने दिल्ली दा रुख कीता। दीपक जी देखो उहनूं अकाली दल दी जिहड़ी अंदरला वोट बैंक उहनूं खोरा लग रिहा जां जिहड़ी इंटरनल पॉलिटिक्स दे विच उहनां दा चल रिहा आगू जिहड़े टुट भज हो रहे ने उन्होंने अपनी जिहड़ी लीडरशिप आ उहनूं भी बचा के रखना उहदे नाल भी उहनां नूं दो चार होना पैना गुत्थम गुत्था होना पैना ते नाल दी नाल कितना कितना जिहड़ी कांग्रेस की सरकार आ कैप्टन अमरिंदर सिंह उहदे नाल भी टक्कर लेनी पैणी आ, इस करके उहनां नूं दोहरी लड़ाई आ जिहड़ी अंदर ते बाहर आ जिहड़ी सुखबीर बादल नूं लड़नी पैणी आ। 10 साल का जिहड़ा राज अकाली दल ने किया है उस समय दौरान जिहड़ी पंथक वोट बैंक आ उह अकाली दल तों दूर गया है, इस करके उस जिहड़ा पंथक वोट बैंक खुसिया उन्हूं भी बचाउणा उन्हूं पवेगा लोगों के जाना पवे, हालांकि अकाली दल है जिहड़ा लगातार धरने मुजाहरे प्रदर्शन प्रोटेस्ट करता आ रहा है इस मामले के हालांकि जिहड़े उह फैसले सीगे इन्हां दीआं सरकारां च भी हुंदे रहे। बिल्कुल, हुण ताज़ा तुसीं आपां अगली ब्रेक तों बाद जिहड़ी गल करनी आ महंगाई वाली आपां गल करेंगे भी किवें इन्हां ने जिहड़े इंतकाल दीआं फीसां वधाईआं जां क्या होंदा, पर इहदे विच जिहड़ी सही गल इही है कि अकाली दल नूं हुण जिथे कैप्टन अमरिंदर सिंह नाल टक्कर लेनी पैणी आ उत्थे अपणे नाल भी अंदर बचा रखना पैणा उहनां नूं पलोस के रखना पैणा, इह ना होवे
भी किवें, क्योंकि कुछ आगू आ अकाली दल के बिच बैठे ने, जे आप उन्हों का सियासत देखिए तो उन्होंने पोजिशन है जी डामाडोल रही है। कदे उस मतलब टौड़ा साहब नाल भी चले गए, फिर वापस आ गए, फिर उन्होंने अखा भी दिखाई हैं, फिर लाभ ले हा, क्योंकि अज की जी सियासत के सारयां अपनी निज मोह दा निज मोह ज्यादा हावी, अपनी कुर्सी, अपने लाभ, अपने लालच, ਉਹ ਉਹਨਾਂ ਨੂੰ ਬਹੁਤ ਪਿਆਰੇ ਹੋਏ। ਤੁਸੀਂ ਸ਼ਿਬਰ ਜੀ ਨਿੱਜ ਦੀ ਗੱਲ ਕਰ ਰਹੇ ਹੋ, ਅੱਜ ਸੁਖਦੇਵ ਸਿੰਘ ਢੀਂਡਸਾ ਜੀ ਤੁਸੀਂ ਗੱਲ ਕੀਤੀ ਕਿ ਬੇਸ਼ੱਕ ਉਹਨਾਂ ਦਾ ਦਮਨ ਭ੍ਰਿਸ਼ਟਾਚਾਰ ਤੋਂ ਸਾਫ਼ ਹੈ, ਪਰ ਜਿਹੜੇ ਪਰਿਵਾਰਵਾਦ ਖਿਲਾਫ਼ ਉਹ ਖੜੇ ਹੋਏ ਨੇ ਉਹ ਪਰਿਵਾਰਵਾਦ 'ਚ ਤਾਂ ਉਹ ਆਪ ਵੀ ਘਿਰੇ ਹੋਏ ਨੇ। ਸੋ ਇਸ ਲਈ ਜਿਹੜੇ ਲੀਡਰ ਬਾਹਰ ਆਏ ਨੇ, ਇਹਨਾਂ ਨੇ ਆਪ ਸੱਤਾ ਸੁੱਖ ਲੰਬਾ ਸਮਾਂ ਭੋਗਿਆ, ਆਪਣੇ ਲਈ ਅਹੁਦੇ ਲਏ, ਚਾਹੇ MP ਦੇ ਅਹੁਦੇ ਲਏ, ਚਾਹੇ ਕੇਂਦਰ ਦੇ ਮੰਤਰੀ ਲਏ, ਚਾਹੇ ਰਾਜ ਸਭਾ ਰਹੇ, ਪੁੱਤਾਂ ਲਈ MLA ਜਿਤਾ ਕੇ ਅਤੇ ਉਹਨਾਂ ਨੂੰ ਮੰਤਰੀਆਂ ਤੱਕ ਬਣਵਾਇਆ। ਸੋ ਜਿਹੜੇ ਪਰਿਵਾਰਵਾਦ ਦਾ ਜੋ ਦੋਸ਼ ਅਕਾਲੀ ਦਲ 'ਤੇ ਲਾ ਰਹੇ ਨੇ ਸੁਖਬੀਰ ਬਾਦਲ, ਪ੍ਰਕਾਸ਼ ਬਾਦਲ 'ਤੇ ਲਾ ਰਹੇ, ਕਿ ਉਹਦੇ ਵਿੱਚ ਆਪ ਨਹੀਂ ਘਿਰੇ ਹੋਏ, ਫਿਰ ਇਸ ਰਾਜਨੀਤੀ ਤੁਸੀਂ ਪੰਜਾਬ 'ਚ ਉਹਨਾਂ ਨੂੰ ਕਿੱਥੇ ਖੜ੍ਹੇ ਦੇਖੋਗੇ? ਲੋਕ ਉਹਨਾਂ 'ਤੇ ਭਰੋਸਾ ਕਰ ਲੈਣਗੇ? ਦਿਵਕ ਜੀ ਦੇਖੋ, ਚਾਹੇ ਤੁਸੀਂ ਕੇਂਦਰੀ ਲੀਡਰਸ਼ਿਪ ਦੇਖ ਲਓ, ਜਿਹੜੇ ਮਰਜ਼ੀ ਸਟੇਟਾਂ ਨੂੰ ਦੇਖ ਲਓ, ਪੰਜਾਬ ਦੀ ਆਪਾਂ ਗੱਲ ਕਰ ਰਹੇ ਹਾਂ, ਪੰਜਾਬ ਦੇ ਸਾਰੇ ਅਕਾਲੀ ਦਲ ਨੇ ਜਿਹੜੀ ਲੀਡਰਸ਼ਿਪ ਆ, ਖਾਸ ਕਰਕੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ, ਇਹਨੂੰ ਘਾਗ ਸਿਆਸਤਦਾਨ ਮੰਨਿਆ ਜਾਂਦਾ। ਜਦੋਂ ਸੁਖਬੀਰ ਬਾਦਲ ਨੂੰ ਅੱਗੇ ਲੈ ਕੇ ਆਏ ਤਾਂ ਉਹਨਾਂ ਨੇ ਸਭ ਤੋਂ ਪਹਿਲਾਂ ਜਿੰਨੇ ਬ੍ਰਹਮਪੁਰਾ ਉਹਨਾਂ ਦਾ ਮੁੰਡੇ ਨੂੰ ਲੈ ਕੇ ਆਂਦਾ, ਠੀਕ ਆ, ਇਸ ਤੋਂ ਇਲਾਵਾ ਸੁਖਦੇਵ ਸਿੰਘ ਢੀਂਡਸਾ, ਬਲਵਿੰਦਰ ਭੁੰਦਰ, ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ, ਜਿੰਨੇ ਇਹਨਾਂ ਦੇ ਦੂਜੀ ਕਤਾਰ ਦੇ ਲੀਡਰ ਸੀਗੇ, ਮਜਨਾਲੇ ਦੇ ਮੁੰਡੇ ਨੂੰ, ਬਿਲਕੁਲ ਜਿੰਨੇ ਵੀ ਇਹ ਵੱਡੀ ਕਤਾਰ ਦੇ ਲੀਡਰ ਸਾਰੇ ਲੀਡਰ ਮੁੰਡਿਆਂ ਨੂੰ ਵੀ ਨਾਲ ਲਿਆਂਦਾ, ਸਾਰਿਆਂ ਦੇ ਮੁੰਡਿਆਂ ਨੂੰ ਲਿਆ ਕੇ ਅੱਗੇ ਕਿਤੇ ਨਾ ਕਿਤੇ ਐਡਜਸਟ ਕਰਤਾ ਤਾਂ ਕਿ ਉਹ ਬੋਲ ਨਾ ਸਕਣ, ਮਤਲਬ ਉਹਨਾਂ ਨੂੰ ਸਿਆਸੀ ਤੌਰ ਤੇ ਇੱਕ ਤਰ੍ਹਾਂ ਦਾ ਕਾਣਾ ਕਹਿੰਦੇ ਆਪਣੇ, ਉਹ ਕਾਣਾ ਕਰ ਦਿੱਤਾ ਤਾਂ ਕਿ ਉਹ ਸੁਖਬੀਰ ਬਾਦਲ ਦਾ ਵਿਰੋਧ ਨਾ ਕਰ ਸਕਣ। ਉਹ ਕਹਿਣਗੇ ਵੀ ਜੇਕਰ ਮੇਰੇ ਬੇਟੇ ਨੂੰ ਮੈਂ ਐਡਜਸਟ ਕਰ ਰਿਹਾ, ਤੁਹਾਡੇ ਨੂੰ ਵੀ ਕੀਤਾ ਐਡਜਸਟ ਕੀਤਾ, ਐਦਾਂ ਹੀ ਕਿਸੇ ਦੀਆਂ ਜਿਹੜੀਆਂ ਧੀਆਂ, ਕਿਸੇ ਦੀਆਂ ਪਤਨੀਆਂ, ਉਹਨਾਂ ਨੂੰ ਨਾਲ ਦੀ ਨਾਲ ਕਿਤੇ ਨਾ ਕਿਤੇ ਐਡਜਸਟ ਕੀਤਾ। ਇਹ ਗੱਲ ਸਹੀ ਹੈ ਵੀ ਸਾਰੀਆਂ ਪਾਰਟੀਆਂ ਦੇ ਵਿੱਚ, ਚਾਹੇ ਅਕਾਲੀ ਦਲ ਆ, ਚਾਹੇ ਕਾਂਗਰਸ ਆ, ਇਹਨਾਂ ਸਾਰੀਆਂ ਪਾਰਟੀਆਂ ਦੇ ਵਿੱਚ ਜਿਹੜੀਆਂ ਹੋਰ ਵੀ ਖੇਤਰੀਆਂ ਪਾਰਟੀਆਂ, ਕਿਤੇ ਨਾ ਕਿਤੇ ਜਿਹੜਾ ਪਰਿਵਾਰਵਾਦ ਆ, ਇਹ ਆਪਾਂ ਪਰਿਵਾਰ ਦੀ ਜਿਹੜੀ ਕੁਰਸੀ ਦੀ ਸਿਆਸਤ ਆ, ਕੁਰਸੀ ਦੀ ਵੰਸਾ ਵਾਲੀ ਆ, ਉਹ ਉਸ ਤਰ੍ਹਾਂ ਹੀ ਬਰਾਬਰ ਚੱਲੀ ਰਹੀ ਆ। ਲੋਕਾਂ ਦੀ ਕੋਈ ਪਰਵਾਹ ਨਹੀਂ, ਇੱਕੋ ਲਾਈਨ ਮਾਰ ਕੇ ਚੱਲਦੇ ਨੇ ਵੀ ਕਿੱਥੇ ਨਾ ਕਿਤੇ ਜਿਹੜਾ ਫਾਇਦਾ ਮੇਰੇ ਪਰਿਵਾਰ ਨੂੰ ਹੋਵੇ। ਜੇ ਕੋਈ MLA ਆ, ਉਹ ਅਸਤੀਫਾ ਦੇ ਕੇ ਲੋਕ ਸਭਾ ਦੀ ਚੋਣ ਲੜਦਾ, ਤਾਂ ਉਹਦੀ ਅੱਗੇ ਨੀਤ ਇਹ ਰਹਿੰਦੀ ਆ ਵੀ ਜਿਹੜੀ ਮੈਂ ਕੁਰਸੀ ਛੱਡ ਕੇ ਮੇਰਾ ਜਾਂ ਭਰਾ ਲੜ ਜਾਵੇ ਉੱਥੇ, ਜਾਂ ਮੇਰਾ ਮੁੰਡਾ ਆ ਜਾਵੇ, ਜਾਂ ਮੇਰੀ ਘਰ ਆ ਜਾਵੇ, ਮਤਲਬ ਤੁਸੀਂ ਦੋ ਦੋ ਤਿੰਨ ਤਿੰਨ ਅਹੁਦੇ ਆ ਜਿਹੜੇ ਆਪਣੇ ਪਰਿਵਾਰ ਦੇ ਵਿੱਚ ਰੱਖਦੇ ਆ। ਲੋਕਾਂ ਵਾਸਤੇ ਤੁਹਾਡੇ ਵਾਸਤੇ ਕੁਛ ਨਹੀਂ ਹੈਗਾ, ਲੋਕਾਂ ਨੇ ਦਰੀਆਂ ਚੁੱਕਦੇ ਰਹੇ ਨੇ, ਦਰੀਆਂ ਚੁੱਕਦੇ ਰਹਿਣਾ, ਜੇਕਰ ਲੋਕਾਂ ਨੇ ਆਪਣੇ ਆਪ ਨੂੰ ਨਾ ਪਛਾਣਿਆ, ਨਾ ਪਛਾਣਿਆ, ਜੇ ਲੋਕਾਂ ਨੇ ਆਪਣੇ ਆਪ ਨੂੰ ਨਾ ਪਛਾਣਿਆ ਤਾਂ ਲੋਕਾਂ ਨੇ ਦਰੀਆਂ ਚੁੱਕਦੇ ਰਹਿਣਾ, ਤਾਂ ਦਰੀਆਂ ਚੁੱਕਦੇ ਰਹੇ ਨੇ ਲੀਡਰ। ਇੱਥੋਂ ਤੱਕ ਕਿ ਜਦੋਂ ਕੋਈ MLA ਦੇ ਕਾਗਜ਼ ਭਰਨ ਜਾਂਦਾ ਤਾਂ ਵੀ ਜਿਹੜਾ ਰਿਜ਼ਰਵ ਕੈਂਡੀਡੇਟ ਆਪਣੇ ਨਾਲ ਭਰਦੇ ਨੇ ਕਿ ਹਾਂ ਰਾਖਵੀਂ ਸੀਟ, ਜੇ ਮੇਰੇ ਕਾਗਜ਼ ਰੱਦ ਹੋਣ ਤਾਂ ਉਸ ਥਾਂ 'ਤੇ ਮੇਰੇ ਕੌਣ ਲੜੇਗਾ, ਉੱਥੇ ਵੀ ਅੱਜ ਕੱਲ੍ਹ ਵਰਕਰ ਦਾ ਨਾਂ ਨਹੀਂ ਮਿਲਦਾ, ਉੱਥੇ ਵੀ ਭਰਾ, ਪਤਨੀ ਅਤੇ ਪੁੱਤਰ ਦਾ ਹੀ ਨਾਂ ਨਜ਼ਰ ਆਉਂਦੇ ਨੇ। ਸੋ ਇਸ ਲਈ ਕਿਤੇ ਨਾ ਕਿਤੇ ਪਰਿਵਾਰਵਾਦ ਇਹ ਸੱਤ ਤੱਕ ਹਾਵੀ ਹੋ ਚੁੱਕਿਆ ਕਿ ਅਸੀਂ ਜਿਹੜੀ ਸੀਟ ਨਹੀਂ ਵੀ ਲੜਨੀ ਉੱਥੇ ਵੀ ਅਸੀਂ ਕਿਸੇ ਵਰਕਰ ਦਾ ਨਾਂ ਤੱਕ ਦੇਣ ਲਈ ਤਿਆਰ ਨਹੀਂ ਹੁੰਦੇ। ਸੋ ਇਸ ਲਈ ਇੱਥੋਂ ਸਾਫ਼ ਆ ਕਿ ਪਰਿਵਾਰਵਾਦ ਸਾਰੀਆਂ ਪਾਰਟੀਆਂ ਵਿੱਚ ਹੈ, ਪਰ ਜਿਹੜੇ ਮਸਲਿਆਂ 'ਚ ਅਕਾਲੀ ਦਲ ਘਿਰਿਆ ਉਸ ਮਸਲਿਆਂ 'ਚ ਕਾਂਗਰਸ ਵੀ ਬਰਾਬਰ ਘਿਰੀ ਹੈ। ਜੇ 2022 ਦੀਆਂ ਚੋਣਾਂ ਦੀ ਆਪਾਂ ਗੱਲ ਕਰਾਂਗੇ ਤਾਂ ਕਾਂਗਰਸ ਦੇ ਲਈ ਵੀ ਵੱਡੇ ਸਵਾਲ ਨੇ, ਕਿਹੜੇ ਮਾਫੀਏ ਨੇ ਜਿਹੜੇ ਉਹਨਾਂ ਨੇ ਖਤਮ ਕਰ ਦਿੱਤੇ ਅਤੇ ਕਿਹੜੇ ਲੋਕਾਂ ਨੂੰ ਸਹੂਲਤਾਂ ਦੇ ਦਿੱਤੀਆਂ? ਪੈਟਰੋਲ ਡੀਜ਼ਲ 'ਤੇ ਬੈਠ ਸੂਬਾ ਸਰਕਾਰ ਨੇ ਹੀ ਵਧਾਇਆ, ਲੋਕਾਂ ਦੇ ਬਿੱਲ ਇਸ ਵਾਰ ਬਿਜਲੀ ਪਾਣੀ ਦੇ ਜਿੰਨੇ ਆਏ ਨੇ ਉਹ ਲੋਕ ਤਰਾਹੀ ਤਰਾਹੀ ਕਰ ਰਹੇ ਨੇ ਕਿ ਕਹਿਣ ਨੂੰ ਬਿਜਲੀ ਦੇ ਭਾਅ ਉਹੀ ਨੇ ਪਰ ਜਿਹੜੇ ਪੱਕੇ ਚਾਰਜ ਨੇ ਉਹ ਇੰਨੇ ਵਧਾ ਦਿੱਤੇ ਕਿ ਮੋਟੇ ਬਿੱਲ ਆ ਰਹੇ ਨੇ ਲੋਕਾਂ ਦੇ, ਅਤੇ ਉੱਤੋਂ ਰਹਿੰਦੀ ਸੁਣਦੀ ਜਿਹੜੀ ਕਿਸਾਨੀ ਪਹਿਲਾਂ ਹੀ ਮਰੀ ਪਈ ਆ ਉਹਦੇ ਪਰ ਇੰਤਕਾਲ ਦੇ ਚਾਰਜ ਦੁੱਗਣੇ ਕਰ ਦਿੱਤੇ, ਅਤੇ ਇਸ ਦੇ ਦੌਰਾਨ ਹੀ ਰਜਿਸਟਰੀਆਂ ਦੀ ਕੀ ਫਿਰ ਫੀਸ ਵਧਾਉਣ ਦੀ ਤਿਆਰੀ ਆ। ਸੋ ਇਸ ਲਈ ਪੰਜਾਬ ਦੇ ਲੋਕਾਂ 'ਤੇ, ਪੰਜਾਬ ਦੀ ਕਿਸਾਨੀ 'ਤੇ ਲਗਾਤਾਰ ਜਿਹੜੀ ਕਿ ਪੰਜਾਬ ਦੀ ਸਰਕਾਰ ਆ ਉਹ ਬੋਝ ਪਾ ਰਹੀ ਹੈ, ਉਹਦੇ ਨਾਲ ਕੈਪਟਨ ਅਮਰਿੰਦਰ ਲਈ ਵੀ ਅਗਲਾ ਪੈਂਡਾ ਔਖਾ ਹੀ ਹੈ। ਸੋ ਉਹਦੇ ਪਰ ਵੀ ਚਰਚਾ ਕਰਾਂਗੇ ਕਿ ਮੌਜੂਦਾ ਕਾਂਗਰਸ ਦੀ ਸਥਿਤੀ ਕਿੱਥੇ ਖੜੀ ਆ ਇਸ ਦੇ ਉੱਪਰ। ਸਮਾਂ ਇੱਕ ਛੋਟੀ ਜਿਹੀ ਬ੍ਰੇਕ ਦਾ, ਬ੍ਰੇਕ ਲਈ ਰੁਕਾਂਗੇ, ਹੁਣੇ ਪਰਤਦੇ ਹਾਂ, ਤੁਸੀਂ ਵੇਖਦੇ ਰਹੋ ਵਿਜ਼ਨ ਪੰਜਾਬ TV। ਵਿਜ਼ਨ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਪ੍ਰੋਗਰਾਮ ਚਰਚਾ ਦਾ ਮੁੱਦਾ ਵਿੱਚ ਇੱਕ ਵਾਰ ਫਿਰ ਸਵਾਗਤ ਹੈ ਜੀ। ਕਿਸਾਨਾਂ ਲਈ 3 ਆਰਡੀਨੈਂਸ ਦਾ ਕੈਪਟਨ ਅਮਰਿੰਦਰ ਸਰਕਾਰ ਵਿਰੋਧ ਕਰਦੀ ਆ, ਖੁੱਲ੍ਹੀ ਮੰਡੀ ਕਰਨ ਦਾ ਵਿਰੋਧ ਕਰਦੀ ਹੈ, ਕੇਂਦਰ ਦੇ ਫੈਸਲਿਆਂ ਦਾ ਵਿਰੋਧ ਕਰਦੀ ਆ, ਅਤੇ ਇਸ ਦੌਰਾਨ ਪੈਟਰੋਲ ਡੀਜ਼ਲ ਜਦੋਂ ਕੇਂਦਰ ਵੱਲੋਂ ਵਧਾਇਆ ਜਾਂਦਾ ਜਿਹੜਾ ਸਸਤਾ ਹੋਣਾ ਚਾਹੀਦਾ ਸੀ, ਉਹਦੀ ਥਾਂ 'ਤੇ ਉਹ ਆਪਣੀ ਐਕਸਾਈਜ਼ ਡਿਊਟੀ ਵਧਾ ਲੈਂਦੀ ਆ, ਅਤੇ ਉਸ ਤੋਂ ਬਾਅਦ 22-23 ਦਿਨ ਲਗਾਤਾਰ ਤੇਲ ਕੰਪਨੀਆਂ ਤੇਲ ਵਧਾਉਂਦੇ ਰਹੀਆਂ। ਇਸੇ ਦੌਰਾਨ ਸੂਬੇ ਨੇ ਵੀ ਵੈਟ ਵਧਾਇਆ ਅਤੇ ਅਕਾਲੀ ਦਲ ਨੇ ਪ੍ਰਦਰਸ਼ਨ ਵੀ ਕੀਤੇ, ਪਰ ਇਹਦੇ ਉੱਤੇ ਹੀ ਨਵਾਂ ਬੋਝ ਇੱਕ ਹੋਰ ਪਾਇਆ, ਇੰਤਕਾਲ ਫੀਸ ਦੁੱਗਣੀ। ਕੀ ਲੱਗਦਾ ਤੁਹਾਨੂੰ ਕਿ ਕੈਪਟਨ ਸਰਕਾਰ ਲਗਾਤਾਰ ਲੋਕਾਂ ਨੂੰ ਨਿਚੋੜ ਰਹੀ ਹੈ, ਕੇਂਦਰ ਨੂੰ ਭੰਡੀ ਜਾਂਦੀ ਹੈ ਅਤੇ ਆਪ ਲੋਕਾਂ ਦੇ ਉੱਤੇ ਵਜਨ ਲੱਦੀ ਜਾਂਦੀ ਹੈ? ਕੀ ਇਹਦੇ ਨਾਲ ਤੁਹਾਨੂੰ ਲੱਗਦਾ ਕਿ ਅਮਰਿੰਦਰ ਜਿਹੜੇ ਦੁਬਾਰਾ ਫਿਰ ਸੀਆਂ ਬਣਨ ਦਾ ਸੁਪਨਾ ਦੇਖ ਰਹੇ ਨੇ ਉਹਨਾਂ ਲਈ ਵੀ ਰਾਹ ਆਸਾਨ ਹੈ?
दीपक जी देखो दो गल्ल है जी कल कैबिनेट की मीटिंग हुई है उहदे विच जी इंतकाल फीस आ 300 रुपए तो 600 सीधी 600 करती दुगनी करती तो ये अकाली दल ने ते आम आदमी पार्टी ने विरोध भी किया है। हुण तुसीं सोचोगे लोगों की गल कर दी सरकार करोना संकट चल रहा है सारे पासे लोग फसे हुए कारोबार ठप्प होया हुआ थोड़ी देर पहला जदों ठेके बंद रहे शराब दे शराब की आमदन घट गई हालांकि शराब बिकदी रही कोई आमदन नहीं घटी ठेकेदारा नू जां जिहड़े रज के उन्होंने पैसा कमाया हमको दुगना काफी पैसा सरकार दा खजाना घटिया सरकार दा खजाना घटिया सरकार उन्हां नू रायत दे रही है करोड़ां रुपए की जिन्हां ने माइनिंग का बंद होने करके जिहड़ी किश्त देनी थी उहदे विच रायत देती जिहड़े वड्डे ट्रांसपोर्टर सीगे उन्होंने अपनी जिहड़ी तिमाही किश्त भरनी सीगी ट्रांसपोर्टर ने उहदे विच रायतां देतीयां पर जिथे कोई आम किसी बंदे ने मकान खरीदया या कोई प्रॉपर्टी खरीदी आ उन्हें इंतकाल करवाना तुसी उत्थे उन्हां नू जिहड़े रेट आ वधाउंदे जांदा हालांकि 300 तो फीस वधा के 600 करना कोई वड्डी गल नहीं कोई आपां इस गल नू इह ना करिए पर गल तां सरकारां दी नीत दी आ कि तुहाडी जिहड़ी नीत आ उह की आ ते तुसी कहिंदे की आ करदे की आ बड़े लोकां लई थोड़ी की आ विरोध हो रहा जे तां बहुता विरोध होया तां घटा दूंगे मैनूं नहीं लगदा वी इह घटाऊंगे उत्ते बाद आउण वाले दिनां दे विच जिहड़ियां होर रजिस्टर दीआं फीसां स्टैंप ड्यूटी आ जां होर आ उह वी वधाउणगे उस पासे नूं वी इह वधदीआं जाणगीआं क्योंकि जे लोगों की हुण आदत यह होगी लोगों को यह होगा जो सरकारां ने करना ही करना मनन लग गए भी फीस जे इन्होंने फीसा वधाउणियां 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 हुण विरोध नहीं हुंदा किराए वधणे आ तां वधणे ही वधणे आ डीजल पेट्रोल दीआं कीमतां वधणियां आ वधणियां वधणियां लोग हुण मानसिक तौर ते मनन लग गए संघर्ष नहीं करदे लोग भी ढीठ हो गए ते सरकारां भी ढीठ हो गईआं इस करके जे लोग नहीं बोलदे सरकारां ने तां आपणी मनमर्जी करनी आ हुण अकाली दल विरोध कर रिहा भी तुसीं दुगणियां जिहड़े रेट आ उहनां दे करते पर जे तुसीं पिछला इतिहास देखोगे 2012 दे विच अकाली दल दी सरकार थी उदों 150 रुपया सीगा इंतकाल फीस ते अकाली दल दी सरकार ने 2012 दे विच 300 करती इन्हां ने भी दुगनी कीती है उन्हां ने भी दुगनी कीती ते इन्हां ने 300 ते 600 करती मतलब जे रेशो देखियो तां 50% उन्हां ने बधाई दुगनी दो गुणा उन्हां ने कीती दो गुणा इन्हां ने कीती बिल्कुल इस करके जिहड़ियां सरकारां ऐ इह कहण नूं कुझ नहीं ते सही मायने दे विच जे पंजाब दे लोकां दी चिंता है ਤਾਂ ਉਹ ਵਿਰੋਧੀ ਧਿਰ ਨੂੰ ਹੁੰਦੀ ਆ ਤੇ ਜਦੋਂ ਤਾਂ ਵਿਰੋਧੀ ਧਿਰ 'ਚ ਹੁੰਦੇ ਨੇ ਉਦੋਂ ਤਾਂ ਇਹ ਕਹਿੰਦੇ ਆ ਵੀ ਤੇਰਾ ਹੱਕ ਆ ਜਿਹੜਾ ਅਸੀਂ ਦੁਆ ਕੇ ਰਹਾਂਗੇ ਤੁਹਾਡੇ ਤੈਨੂੰ ਹਰ ਤਰ੍ਹਾਂ ਦੀ ਜਿਹੜੀ ਚਿੰਤਾ ਹੈ ਵਿਰੋਧੀ ਧਿਰ 'ਚ ਹੋਣ ਵਾਸਤੇ ਉਹ ਆਪਣੀ ਚਿੰਤਾ ਰੱਖਦੇ ਨੇ ਜਿੱਦਣ ਸੱਤਾ ਪਰ ਆ ਜਾਂਦੇ ਆ ਉਦਣ ਇਹਨਾਂ ਨੂੰ ਬਿਲਕੁਲ ਕੁਝ ਨਹੀਂ ਦਿਖਦਾ ਉਦਣ ਉਹਨਾਂ ਨੂੰ ਆਪਣੀ ਸਰਕਾਰ ਆਪਣੀ ਕੁਰਸੀ ਦਿਖਦੀ ਆਪਣੇ ਨਜ਼ਾਰੇ ਦਿਖਦੇ ਨੇ ਹੁਣ ਇਹੀ 10 ਸਾਲ ਜਿਹੜੀ ਕਾਂਗਰਸ ਦੇ ਜਿਹੜੇ ਅੱਜ ਸੱਤਾ ਦਾ ਆਨੰਦ ਭੋਗ ਰਹੇ ਨੇ ਵਿਧਾਇਕ ਜਾਂ ਮੰਤਰੀ ਉਹ ਹੀ ਤੁਸੀਂ ਯਾਦ ਹੋਣਾ ਵੀ ਉਹਨਾਂ ਦੇ ਵਿੱਚ ਜਿਹੜੇ ਮੰਤਰੀ ਬਣੀ ਬੈਠੇ ਨੇ ਵਿਧਾਇਕ ਬਣੇ ਬੈਠੇ ਨੇ ਵਿਧਾਨ ਸਭਾ ਦੇ ਅੰਦਰ 3 ਦਿਨ ਉਹਨਾਂ ਨੇ ਰਾਤਾਂ ਕੱਟੀਆਂ ਅੱਜ ਉਹ ਸਾਰੀਆਂ ਗੱਲਾਂ ਨੂੰ ਭੁੱਲੀ ਬੈਠੇ ਨੇ ਕਿਵੇਂ ਉਹ ਗੱਲਾਂ ਕਰਦੇ ਵੀ ਅਸੀਂ ਘਟਾਲਿਆਂ ਨੂੰ ਉਜਾਗਰ ਕਰਾਂਗੇ ਕਿਵੇਂ ਅਸੀਂ ਕਰਾਂਗੇ ਕੁਝ ਵੀ ਨਹੀਂ ਕਰ ਰਹੇ ਤੇਲ ਦੀਆਂ ਕੀਮਤਾਂ ਦੇ ਖਿਲਾਫ਼ ਉਹ ਵੀ ਉਦੋਂ ਵੀ ਧਰਨੇ ਦਿੰਦੇ ਸੀ ਅੱਜ ਮੂੰਹ ਦੇ ਵਿੱਚ ਉਹਨਾਂ ਨੇ ਖੁੱਖਣੀਆਂ ਲਾਈਆਂ ਹੋਈਆਂ ਛਿੱਕੀ ਲਾਏ ਹੋਏ ਅੱਜ ਬੋਲ ਨਹੀਂ ਰਹੇ ਹੈਗੇ ਕੇਂਦਰ ਸਰਕਾਰ ਖਿਲਾਫ਼ ਤਾਂ ਬੋਲ ਰਹੇ ਨੇ ਹਾਂ ਤੇ ਪੰਜਾਬ ਜਿਹੜਾ ਜੋ ਕਰਦੇ ਆ ਪੰਜਾਬ ਸਰਕਾਰ ਦੇ ਖਿਲਾਫ਼ ਤੁਸੀਂ ਬੋਲ ਨਹੀਂ ਪੰਜਾਬ ਸਰਕਾਰ ਨੂੰ ਵੀ ਕਹਿਣਾ ਚਾਹੀਦਾ ਹੈ ਕਿ ਜਿਹੜਾ ਤੁਸੀਂ ਡੀਜ਼ਲ ਦੀਆਂ ਤੇਲ ਦੀਆਂ ਕੀਮਤਾਂ ਪਰ ਇੰਨਾ ਤੁਸੀਂ ਸੈਸ ਲਾਇਆ ਹੋਇਆ ਜਿਹੜੀ ਉੱਥੇ ਐਕਸਾਈਜ਼ ਡਿਊਟੀ ਵਧਾਈ ਉਹ ਤੁਸੀਂ ਕਿਉਂ ਨਹੀਂ ਘਟਾਉਂਦੇ ਲੋਕਾਂ ਨੂੰ ਰਾਹਤ ਮਿਲਣ ਦੀ ਜ਼ਰੂਰਤ ਆ ਦਿੱਤੀ ਨਹੀਂ ਜਾ ਰਹੀ ਹਾਲਾਂਕਿ ਜਿਹੜਾ ਨਵਾਂ ਲਾਇਆ ਇਹਨਾਂ ਨੇ ਇੰਤਕਾਲ ਫੀਸ ਆ ਉਹਦੇ ਨਾਲ 10,000 ਕਰੋੜ ਦਾ ਜਿਹੜਾ ਕਿ ਫਾਇਦਾ ਹੋਊਗਾ ਇਹ ਕਹਿ ਰਿਹਾ ਸਰਕਾਰ ਦਾਅਵਾ ਕਰ ਵੀ ਸਾਨੂੰ 10,000 ਕਰੋੜ ਦਾ ਫਾਇਦਾ ਹੋਊਗਾ ਪਰ ਕੁਝ ਨਹੀਂ ਹੋ ਰਿਹਾ ਇਹ ਤਾਂ ਕਹਿਣ ਦੀਆਂ ਗੱਲਾਂ ਨੇ ਜਦੋਂ ਇਹਨਾਂ ਨੇ ਫੀਸਾਂ ਵਧਾਈਆਂ ਤੀਆਂ ਕਿੰਨੇ ਕੁ ਲੋਕਾਂ ਰਜਿਸਟਰੀ ਕਰਾਉਣ 'ਤੇ ਹਟ ਗਏ ਤੇ ਗੱਲ ਤਾਂ ਇਹ ਰੋਕਣ ਦੀ ਲੋੜ ਆ ਵੀ ਕਿੱਥੇ ਤੁਹਾਡੀ ਜਿਹੜੀ ਫੀਸ ਆ ਉਹ ਰੋਕੀ ਜਾ ਰਹੀ ਆ ਤੁਸੀਂ ਕਿੰਨੇ ਕੁ ਬਿਆਨਿਆਂ ਦੇ ਨਾਲ ਲਾ ਕੇ ਰਜਿਸਟਰੀਆਂ ਕਰਾ ਰਿਹਾ ਪ੍ਰੋਪਰਟੀ ਖਰੀਦੀ ਜਾਂਦੀ 80 ਲੱਖ ਰੁਪਏ ਦੀ ਰਜਿਸਟਰੀ ਹੁੰਦੀ ਆ 10 ਲੱਖ ਦੀ ਰਜਿਸਟਰੀ ਹੁੰਦੀ ਆ 10 ਲੱਖ ਦੀ ਉਹ ਸਾਰੇ ਮਿਲੇ ਹੋਏ ਗੈਰ ਕੁੰਨੀਆਂ ਕਲੋਨੀਆਂ ਕੱਟੀਆਂ ਹੋਈਆਂ ਇਹਨਾਂ ਨੂੰ ਕਿਹੜਾ ਪਤਾ ਨਹੀਂ ਕਿੰਨੇ ਮੰਤਰੀ ਵਿਧਾਇਕਾਂ ਆ ਜਿਹਨਾਂ ਦੇ ਹਿੱਸੇ ਆ ਨਜਾਇਜ਼ ਤੌਰ ਤੇ ਗੈਰ ਕਲੋਨੀਆਂ ਕੱਟੀਆਂ ਹੋਈਆਂ ਜਿਹੜੀਆਂ ਉਹ ਸਾਰੀਆਂ ਚੱਲ ਰਹੀਆਂ ਜਲਦੀ ਨਾ ਤਾਂ ਨਕਸ਼ੇ ਪਾਸ ਹੋ ਰਹੇ ਜਿੰਨੇ ਦਾ ਸੌਦਾ ਹੋ ਰਿਹਾ ਉਹਨੇ ਰਜਿਸਟਰੀ ਹੋਣਾ ਜਿਵੇਂ ਸਰਕਾਰ ਦਾ ਖਜ਼ਾਨਾ ਸਰਕਾਰ ਦਾ ਖਜ਼ਾਨਾ ਹੀ ਭਰਦੇ ਸਾਰੇ ਇਹ ਗੱਲਾਂ ਆਮ ਆ ਇਕੱਲਾ ਇਕੱਲਾ ਬੱਚਾ ਗੱਲਾਂ ਕਰਦਾ
ਜਦੋਂ ਕੋਈ ਰਜਿਸਟਰੀ ਹੋਣ ਦੀ ਆਲਾ ਜਿਹਦੇ ਕਹਿੰਦਾ ਜੀ ਇੰਨੇ ਪਰਸੈਂਟ ਜੀ ਸਰਕਾਰੀ ਫੀਸ ਆ ਜੀ ਇੰਨੇ ਪਰਸੈਂਟ ਆ ਜਿਹੜੀ ਉਹ ਲੱਗਣੀ ਉਹ ਲੱਗਣੀ ਆ ਜੀ ਉਹ ਕਿੱਥੇ ਜਾਂਦੀ ਆ ਉਹ ਕਿੱਥੇ ਉੱਪਰ ਲੱਗਣੀ ਆ ਪੀਐਮ ਤੋਂ ਲੈ ਕੇ ਉੱਪਰ ਤੱਕ ਕਹਿ ਰਹੇ ਜਾਂਦੀ ਆ ਸਰਿਆਂ ਮਤਲਬ ਜਿਹੜੇ ਉੱਥੇ ਨਾਇਬ ਤਹਿਸੀਲਦਾਰ ਆ ਤਹਿਸੀਲਦਾਰ ਅਫੀਸਾਂ ਲੈ ਰਹੇ ਆ ਹਾਂ ਉੱਥੇ ਸਰਕਾਰ ਰੋਕ ਨਹੀਂ ਪਾਉਂਦੀ ਉੱਥੇ ਸਰਕਾਰ ਕੀ ਕਰਦੇ ਸਰਕਾਰ ਨੂੰ ਆਪਣੀ ਜਿਹੜੀ ਕਾਰਗੁਜ਼ਾਰੀ ਆ ਉਹਦੇ ਵਿੱਚ ਸੁਧਾਰ ਕਰਨ ਦੀ ਜ਼ਰੂਰਤ ਆ ਪਾਰਦਰਸ਼ਤਾ ਕਰਨ ਦੀ ਜ਼ਰੂਰਤ ਆ ਲੈ ਹੁਣ ਦੀਪਕ ਜੀ ਆਪਾਂ ਨਵੀਂ ਗੱਲ ਕਰ ਦਿੰਦੇ ਕਿਉਂਕਿ ਇੰਤਕਾਲ ਵਾਲੀ ਗੱਲ ਚੱਲੀ ਹੋਈ ਆ ਸਰਕਾਰ ਨੇ ਪਿਛਲੇ ਲੰਬੇ ਸਮੇਂ ਤੇ ਚੱਲਿਆ ਆ ਰਿਹਾ ਵੀ ਅਸੀਂ ਜੀ ਫਰਦ ਲੈਣ ਦਾ ਕੰਮ ਆਨਲਾਈਨ ਕਰਤਾ ਮੈਨੂੰ ਸਰਕਾਰ ਦਾਵਾ ਕਰਕੇ ਦਿਖਾ ਦਵੇ ਵੀ ਕਿਸੇ ਵੀ ਤੁਸੀਂ ਜਾ ਕੇ ਸਾਈਬਰ ਦੇ ਉਹਦੇ ਜਿਹੜੀ ਦੁਕਾਨ ਆ ਸਾਈਬਰ ਕੈਫੇ ਦੀ ਜਾਂ ਕਿਤੇ ਜਾ ਕੇ ਤੁਸੀਂ ਇੰਤਕਾਲ ਦੀ ਕੱਢ ਕੇ ਦਿਖਾ ਦਿਓ ਕਾਪੀ ਕੱਢ ਕੇ ਦਿਖਾ ਦਵੇ ਤੁਸੀਂ ਉੱਥੇ ਜਾਣਾ ਪੈਂਦਾ ਫਿਰ ਕਚਹਿਰੀਆਂ ਹੀ ਸੁਬਾਹ ਨਹੀਂ ਜਾਣਾ ਪੈਂਦਾ ਉਹ ਤਾਂ ਪਟਵਾਰੀ ਨੂੰ ਲੱਭਣਾ ਹੀ ਪੈਂਦਾ ਜਾ ਕੇ ਜੀ ਪਟਵਾਰੀ ਆਉਂਗਾ ਸਿਰਫ ਕਹਿਣ ਦਾ ਮਤਲਬ ਇਹਨਾਂ ਦਾ ਵੀ ਅਸੀਂ ਜੀ ਉਹਦਾ ਕੰਪਿਊਟਰ ਹੀ ਕੰਮ ਕਰਦਾ ਬਿਲਕੁਲ ਨਹੀਂ ਕੀਤਾ ਜਿਹੜਾ ਰਿਕਾਰਡ ਇਹਨਾਂ ਨੇ ਆਪਣੇ ਕੰਪਿਊਟਰ ਦੇ ਵਿੱਚ ਸੇਵ ਕੀਤਾ ਜਦੋਂ ਉੱਥੇ ਪਟਵਾਰੀ ਜਾਂਦਾ ਨੰਬਰ ਦਿੰਦਾ ਉਹਦਾ ਕੱਢ ਕੇ ਪ੍ਰਿੰਟ ਕੱਢ ਕੇ ਉਹਨੂੰ ਪੈਸੇ ਦੇ ਕੇ ਚਲੇ ਜਾਂਦਾ ਪਟਵਾਰੀ ਕੋਲ ਤਾਂ ਉਹਨੂੰ ਜਾਣਾ ਪੈਂਦਾ ਕੰਪਿਊਟਰ ਹੀ ਕਰਨ ਦਾ ਮਤਲਬ ਤਾਂ ਇਹ ਆ ਵੀ ਮੈਂ ਆਪਣੇ ਘਰ ਬੈਠਾ ਆਪਣੇ ਫੋਨ ਤੇ ਮੋਬਾਈਲ ਤੇ ਕੱਢ ਲਵਾਂ ਹਾਂ ਮੈਂ ਮੋਬਾਈਲ ਤੇ ਕੱਢ ਲਵਾਂ ਜਾਂ ਮੈਂ ਆਪਣੇ ਕੰਪਿਊਟਰ ਤੇ ਬੈਠਾ ਹੈ ਮੈਨੂੰ ਉਹਦੀ ਫਰਦ ਚਾਹੀਦੀ ਆ ਮੈਂ ਉਹਦਾ ਪ੍ਰਿੰਟ ਕੱਢ ਕੇ ਆਪਣਾ ਮੈਂ ਕੰਮ ਕਰ ਲਵਾਂ ਇਹਨੂੰ ਆਪਾਂ ਕੰਪਿਊਟਰ ਹੀ ਕਰਨਾ ਕਹਿੰਦੇ ਆ ਉਹੀ ਤੁਸੀਂ ਮਤਲਬ ਲੋਕਾਂ ਦਾ ਬੇਵਕੂਫ ਬਣਾਈ ਜਾਂਦੇ ਆ ਅਸੀਂ ਸਾਰਾ ਕੰਮ ਆਨਲਾਈਨ ਕਰਦੇ ਜਾ ਰਿਹਾ ਅੱਜ ਤੁਸੀਂ ਕੰਪਲੇਂਟ ਕਰ ਦੋ ਕਿਸੇ ਦੀ ਆਨਲਾਈਨ ਤੁਹਾਨੂੰ ਇਹ ਨਹੀਂ ਪਤਾ ਲੱਗਦਾ ਵੀ ਮੇਰੀ ਕੰਪਲੇਂਟ ਕਿੱਥੇ ਗਈ ਆ ਕਿੱਥੇ ਗਈ ਆ ਕਿਹੜੇ ਖਾਤੇ 'ਚ ਪਈ ਆ ਕਿਹੜੇ ਖਾਤੇ 'ਚ ਪਈ ਆ ਜੇ ਤਾਂ ਸਵਾਲ ਪੈਦਾ ਕੰਪਿਊਟਰ ਹੀ ਕਰਨ ਦਾ ਇਹ ਆ ਕਿ ਜਿਹੜਾ ਬੰਦਾ ਉਹਨੂੰ ਪਤਾ ਹੋਵੇ ਜਿਹਨੇ ਕੰਪਲੇਂਟ ਕਰੀ ਆ ਜਾਂ ਜਿਹਦਾ ਕੰਮ ਆ ਵੀ ਮੇਰਾ ਕੰਮ ਸਟੈਪ ਬਾਈ ਸਟੈਪ ਕਿੱਥੇ ਜਾ ਰਿਹਾ ਤੁਸੀਂ ਆਪਣਾ ਅਫਸਰਾਂ ਦਾ ਮੁਲਾਜ਼ਮਾਂ ਦਾ ਕੰਮ ਸਿਖਾਲਾ ਕਰੀ ਜਾਓਗੇ ਉਹ ਜੋ ਕੁਛ ਮਰਜ਼ੀ ਕਰੀ ਚੱਲੋ ਜਿਹੜੀਆਂ ਜਦ ਤੱਕ ਤੁਹਾਡੀ ਨੀਤ ਸਾਫ਼ ਨਹੀਂ ਜਦੋਂ ਤੱਕ ਤੁਸੀਂ ਲੋਕ ਹਿੱਤ ਦੇ ਵਿੱਚ ਸੱਚਮੁੱਚ ਨਹੀਂ ਚਾਹੁੰਦੇ ਵੀ ਅਸੀਂ ਲੋਕਾਂ ਦਾ ਭਲਾ ਕਰਨਾ ਅਸੀਂ ਨੀਤ ਸਾਫ਼ ਖਾਣੀ ਆ ਉਦੋਂ ਤੱਕ ਕੁਛ ਨਹੀਂ ਹੋਣਾ ਇਹੀ ਗੱਲ ਹੈਗੀ ਹੈ ਹੁਣ ਕੈਪਟਨ ਅਮਰਿੰਦਰ ਸਿੰਘ ਦੀ ਜਿਹੜੀ ਤੁਸੀਂ ਗੱਲ ਕਰਦੇ ਸੀਗੇ ਵੀ ਉਹਨਾਂ ਨੇ ਕਿਆ ਕੀਤਾ 3 ਸਾਲਾਂ ਦੇ ਵਿੱਚ ਕੀ ਕੀਤਾ ਕੀ ਆ ਲੋਕ ਪੁੱਛਣਗੇ ਮੈਂ ਤਾਂ ਹੀ ਕਹਿ ਰਿਹਾ ਕਿ ਇਸ ਲਈ ਕੀ ਤੁਹਾਨੂੰ ਲੱਗ ਰਿਹਾ ਕਿ ਪੰਜਾਬ 'ਚ ਦਲ ਕਚੋਲਾ ਹੋਣ ਵਾਲਾ ਕਿਉਂਕਿ ਕੀਤਾ ਇਹਨਾਂ ਨੇ ਵੀ ਕੁਛ ਨਹੀਂ ਲੋਕ ਭਰੋਸਾ ਅਕਾਲੀ ਦਲ 'ਤੇ ਵੀ ਨਹੀਂ ਕਰ ਪਾ ਰਹੇ ਆਮ ਆਦਮੀ ਪਾਰਟੀ ਆਪਣੀ ਟੀਮ ਨਹੀਂ ਬਣਾ ਪਾ ਰਹੀ ਨਵਾਂ ਦਲ ਇੱਕ ਹੋਰ ਸਾਹਮਣੇ ਆ ਗਿਆ ਆਉਂਦੇ ਦਿਨਾਂ 'ਚ ਚੋਣਾਂ ਦੌਰਾਨ ਹੋਰ 2-4 ਖੁੰਬਾਂ ਵਰਗੇ ਦਲ ਉੱਠਣਗੇ ਕੀ ਲੱਗਦਾ ਪੰਜਾਬ ਦੇ ਵਿੱਚ ਫਿਰ ਕਿਹੀ ਜਿਹੀ ਸਥਿਤੀ ਵੱਲ ਨੂੰ ਵਧ ਰਹੀ ਕਿਉਂਕਿ ਤਿਆਰੀਆਂ 2022 ਦੀਆਂ ਚੱਲ ਰਹੀਆਂ ਬਿਲਕੁਲ ਜਿਹੜੀ ਤੁਸੀਂ ਗੱਲ ਕਹਿੰਦੇ ਵੀ 2022 ਦੀ ਚੱਲ ਰਹੀ ਹੈ ਸਾਰਿਆਂ ਦੀ ਜਿਹੜਾ ਨਿਸ਼ਾਨਾ ਹੈ ਉਹ 2022 ਆ ਗੱਲਾਂ ਲੋਕਾਂ ਦੀਆਂ ਕਰੀ ਜਾਣ ਧਰਨੇ ਮੁਜ਼ਾਹਰੇ ਦੇਈ ਜਾਣ ਆਟਾ ਦਾਲ ਦੀਆਂ ਗੱਲਾਂ ਕਰੀ ਜਾਣ ਜਾਂ ਜਿਹੜਾ ਰਾਸ਼ਨ ਘਟਾਲੇ ਦੀਆਂ ਗੱਲਾਂ ਕਰੀ ਜਾਣ ਜਾਂ ਕਹਿ ਦਿਓ ਵੀ ਅਸੀਂ ਚੱਕ ਕੇ ਬਰਗਾੜੀ ਕਾਂਡ ਵਾਲਿਆਂ ਨੂੰ ਚੱਕ ਕੇ ਦੁਬਾਰਾ ਅੰਦਰ ਦੇਤਾ ਉਹ ਗੱਲਾਂ ਨੂੰ ਲੋਕ ਸਭ ਸਮਝ ਕੇ ਚੁੱਕੇ ਨੇ ਵੀ ਕਿੱਥੇ ਕੀ ਹੋ ਰਿਹਾ ਲੋਕ ਹੁਣ ਬਹੁਤੇ ਮਤਲਬ ਇਹ ਗੱਲ ਠੀਕ ਆ ਵੀ ਲੋਕ ਬੋਲਦੇ ਨਹੀਂ ਹੈਗੇ ਪਰ ਲੋਕਾਂ ਨੂੰ ਜਾਣਦੇ ਸਾਰਾ ਕੁਝ ਨੇ ਪਤਾ ਸਾਰਾ ਕੁਝ ਨੇ ਕਿਤੇ ਨਾ ਕਿਤੇ ਲੋਕਾਂ ਨੂੰ ਸੁਚੇਤ ਹੋਣ ਦੀ ਜ਼ਰੂਰਤ ਆ ਲੋਕਾਂ ਨੂੰ ਬੋਲਣਾ ਜ਼ਰੂਰੀ ਆ ਛਿੱਬਰ ਭਾਜੀ ਲੋਕ ਬੋਲ ਨਹੀਂ ਰਹੇ ਪਰ ਲੋਕ ਵੋਟ ਕਿੱਥੇ ਤਾਂ ਪਾਉਣਗੇ ਨਾ ਜੇ ਉਹ ਪੰਜਾਬ ਦੀ ਵੋਟ ਵੰਡੀ ਜਾਂਦੀ ਆ ਤਾਂ ਉਹਦੇ ਵਿੱਚੋਂ ਹੀ ਕਾਂਗਰਸ ਸੋਚਦੀ ਆ ਕਿ ਅਸੀਂ ਜਿੱਤ ਜਾਵਾਂਗੇ ਉਹਦੇ ਵਿੱਚੋਂ ਹੀ ਅਕਾਲੀ ਦਲ ਸੋਚਦਾ ਅਸੀਂ ਜਿੱਤ ਜਾਵਾਂਗੇ ਉਹਦੇ ਵਿੱਚੋਂ ਹੀ ਆਮ ਆਦਮੀ ਸੋਚਦਾ ਕਿ ਇਹਨਾਂ ਅਕਾਲੀ ਕਾਂਗਰਸੀਆਂ 'ਚ ਵੰਡ ਹੋ ਗਈ ਅਸੀਂ ਜਿੱਤ ਜਾਵਾਂਗੇ ਸੋ ਉਸ ਵੰਡ 'ਚੋਂ ਹੀ ਸਾਰੇ ਜਿੱਤਣਾ ਚਾਹੁੰਦੇ ਨੇ ਬਿਲਕੁਲ ਇਹਨਾਂ ਦਾ ਜਿਹੜਾ ਅੰਕੜਿਆਂ ਦੀ ਖੇਡ ਆ ਇਹ ਅੰਕੜੇ ਆ ਜਿਹੜੇ ਜਾਤ ਦੇ ਆਧਾਰ ਤੇ ਧਰਮ ਦੇ ਆਧਾਰ ਤੇ ਉਹਨਾਂ ਲੋਕਾਂ ਦੀਆਂ ਜਿਹੜੀਆਂ ਵੋਟ ਬੈਂਕ ਆ ਉਹਨਾਂ ਨੂੰ ਜੋੜ ਘਟਾ ਕਰਦੇ ਰਹਿੰਦੇ ਜਰਬ ਤੱਕ ਤੁਸੀਂ ਕਰਦੇ ਨੇ ਵੀ ਕਿਹਨੂੰ ਕਿੱਥੇ ਕਿੱਥੇ ਕੱਟ ਲਾਇਆ ਜਾਵੇ ਨਵੀਂ ਪਾਰਟੀ ਬਣਾਈ ਜਾਵੇ ਨਾ ਬਣਾਈ ਜਾਵੇ ਜੇ ਨਵੀਂ ਪਾਰਟੀ ਬਣਾਈ ਜਾਵੇ ਕਿਹੜੇ ਆਗੂਆਂ ਦੀ ਬਣਵਾਈ ਜਾਵੇ ਤਾਂ ਕਿ ਉਹ ਕਿਹੜੀ ਪਾਰਟੀ ਨੂੰ ਖੋਰਾ ਲਾਉਣ ਇਹ ਸਾਰੀਆਂ ਜਿਹੜੀਆਂ ਇਹਨਾਂ ਦੀਆਂ ਗਿਣਤੀਆਂ ਮਿਣਤੀਆਂ ਚੱਲਦੀਆਂ ਰਾਜਨੀਤਿਕ ਪਾਰਟੀਆਂ ਦਾ ਇਸੇ ਕਰਕੇ ਚੱਲ ਰਹੀਆਂ ਪਰ ਕੈਪਟਨ ਅਮਰਿੰਦਰ ਸਿੰਘ ਨੂੰ ਜਿਹੜੇ ਉਹਨਾਂ ਨੇ 3 ਸਾਲਾਂ ਦੀ ਸਰਕਾਰ ਦਾ ਉਹਨਾਂ ਦਾ ਕਾਰਜਕਾਲ ਨਿਕਲ ਚੁੱਕਿਆ ਜਿਹੜੇ ਲੋਕਾਂ ਨਾਲ ਉਹਨਾਂ ਨੇ ਵਾਅਦੇ ਕੀਤੇ ਤੇ ਉਹਨਾਂ ਨੂੰ ਕਰਨਾ ਪਵੇਗਾ ਪੂਰੇ ਕਰਨ ਜੇਕਰ ਨਹੀਂ ਕਰਦੇ ਤਾਂ ਕੈਪਟਨ ਵੀ ਦੀ ਜਿਹੜਾ ਨਾਮ ਆ ਉਹ ਉਹਨਾਂ ਆਗੂਆਂ ਦੇ ਵਿੱਚ ਚਲੇ ਜਾਵੇਗਾ ਵੀ ਕਿ ਕੈਪਟਨ ਵੀ ਕਹਿਣੀ ਯਾਰ ਕਥਨੀ ਦੇ ਪਰ ਖਰਾ ਨਹੀਂ ਉਤਰਦੇ ਪੂਰਾ ਨਹੀਂ ਉਤਰ ਰਹੇ ਲੋਕਾਂ ਨੇ ਪਿਛਲੀ ਵਾਰੀ ਇਸੇ ਕਰਕੇ ਵਿਸ਼ਵਾਸ ਕੀਤਾ ਸੀਗਾ 77 ਜਿਹੜੀਆਂ ਸੀਟਾਂ ਦੇ ਉਹ ਦਿੱਤੀਆਂ ਇਸ ਕਰਕੇ ਦਿੱਤੀਆਂ ਸੀਗੀਆਂ ਕਿ ਕੈਪਟਨ ਕਹਿਣੀ ਤੇ ਕਥਨੀ ਦੇ ਪਰ ਖਰਾ ਉਤਰ ਲੱਗਦਾ ਸੀ ਲੋਕਾਂ ਨੂੰ ਲੱਗ ਰਿਹਾ ਸੀ ਪਰ ਅੱਜ ਸਾਰੀਆਂ ਸਾਰੀਆਂ ਗੱਲਾਂ ਤੋਂ ਜਿਹੜਾ ਉਹ ਪਾਸਾ ਹੈ ਉਹ ਪਲਟ ਰਹੇ ਨੇ ਠੀਕ ਆ ਹੁਣ ਬਿਜਲੀ ਦੇ ਮੁੱਦੇ ਪਰ ਤੁਸੀਂ ਗੱਲ ਕਹਿੰਦੇ ਉਦੋਂ ਤਾਂ ਤੁਸੀਂ ਇਹ ਗੱਲ ਕਹਿ ਰਹੇ ਤੇ ਜੀ ਅਸੀਂ ਤਾਂ ਜੀ ਆਉਂਦੇ ਹੀ ਥਰਮਲ ਪਲਾਂਟ ਰੱਦ ਕਰਨੇ ਆਉਂਦੇ ਹੀ ਥਰਮਲ ਪਲਾਂਟਾਂ ਦਾ ਅਸੀਂ ਪੜਚੋਲ ਕਰਾਂਗੇ ਜਿਹੜੇ ਗਲਤ ਐਗਰੀਮੈਂਟ ਹੋ ਰਹੇ ਨੇ ਸਾਰੀਆਂ ਗੱਲਾਂ ਦੀ ਗੱਲ ਕਰ ਰਹੇ ਨੇ ਅੱਜ ਇਹ ਗੱਲ ਕਹਿਣ ਲੱਗੇ ਵੀ ਜਦ ਸਾਨੂੰ ਨੈਸ਼ਨਲ ਗ੍ਰਿਡ ਤੋਂ ਬਿਜਲੀ ਸਸਤੀ ਮਿਲਦੀ ਆ ਅਸੀਂ ਕੀ ਉਹਨਾਂ ਨੂੰ ਕਰੇ ਹਾਲਾਂਕਿ ਉਹ ਬਿਜਲੀ ਆ ਜਿਹੜੀ 9 ਰੁਪਏ ਦੇ ਕਰੀਬ ਜਿਹੜੀ ਯੂਨਿਟ ਆ ਉਹਨਾਂ ਤੋਂ ਪ੍ਰਾਈਵੇਟ ਵਾਲੇ ਲੈ ਰਹੇ ਆ ਨਹੀਂ ਪੈ ਰਹੀ ਆ ਆਪਣੇ ਜਿੰਨੇ ਪ੍ਰਾਈਵੇਟ ਸਰਕਾਰੀ ਥਰਮਲ ਆ ਪਲਾਂਟ ਆ ਉਹ ਸਾਰੇ ਬੰਦ ਪਏ ਆ ਸ਼ਹਿਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਬਿਜਲੀ ਦੇ ਕੱਟ ਲੱਗ ਰਹੇ ਆ ਇੱਕ ਪਾਸੇ ਤੁਸੀਂ ਕਹਿ ਰਹੇ ਆ ਵੀ ਪੰਜਾਬ ਦੇ ਵਿੱਚ ਬਿਜਲੀ ਸਰਪਲਸ ਆ ਫਿਰ ਜੇ ਸਰਪਲਸ ਆ ਫਿਰ ਕੱਟ ਕਿਉਂ ਲੱਗ ਰਹੇ ਨੇ
चाहे वह आम आदमी पार्टी का है, चाहे वह बीजेपी का है, चाहे अकाली दल का है, चाहे कांग्रेस का, जो उन्होंने हल्के की नुमाइंदगी करता है, वह उन्होंने जरूर सवाल खड़े कर, सवाल पूछण भी तुम सानू दसो जी ए साल की किया, विधानसभा वास्ते कि मुद्दा चुकया, सानू दसो जी लोगों जी निजता की गल है भी मेरी बदली कर दो या मेरा फलाना कर दो, यू छड़ के ये करने की जरूरत है। मेरे इलाके वास्ते हम तुम कल एक वीडियो और फोटो कि शेयर हुई हुई है कि सड़क के उपर कि जीरी ला रही है, वो लोग हित का मुद्दा है, उन्होंने लोगों ने मुद्दा चुकया सरकार के मुंह पर एक तरह की मतलब चपेड़ मारी है। ऐसे जे मुद्दे पंजाब के लोगों को चकने चाहिए, लोगों मतलब जिहड़ियां व्यंग आ इस ढंग नाल करना चाहिए, ये उन्होंने जो नौजवान उन्होंने शलाघा करनी बनती है भी जिहड़े अपनी उन्होंने कमेंट किए ने इदां दी गल किए ने, लोगों को अपना निज छड के सरबत दे भले की गल करोगे, सरबत दे भले की गल करोगे, उन्होंने भी अपने आप अपना भला विच होएगा, विच भला होएगा, सरबत दे भले की गल करांगे तो अपना भला आप ही हो जाएगा। पर अज जी दिक्कत है जिते शिबर और ने लिया के गल खत्म की है कि अज असी निजी दियाँ बदलियां नौकरियां अपने कम वाल इन्ना ध्यान देना, कि इसलिए इन सारे मसलों तो उठ के अज राजनीति सवाल करने की जरूरत है, और राजनीति जी मर्जी पार्टी संबंधित हो, सो अपने हल्के एम एल ए जरूर एक बार रोक के पुछण की कोशिश करो कि भाई तू इस हल्के इस पिंड इस ग्रां इस शहर लिया ਕਿਹੜਾ ਕੰਮ ਲੈ ਕੇ ਆਏ, ਕਿਹੜਾ ਪ੍ਰੋਜੈਕਟ ਲੈ ਕੇ ਆਏ, ਕਿਹੜੀ ਸਹੂਲਤ ਲੈ ਕੇ ਆਏ, ਅਤੇ ਵਿਧਾਨ ਸਭਾ 'ਚ ਖੜ ਕੇ ਇਸ ਹਲਕੇ ਦੇ ਲਈ ਕਿਹੜੇ ਮੁੱਦੇ ਚੁੱਕੇ। ਸੋ ਇਹ ਸਵਾਲ ਜ਼ਰੂਰ ਕਰੋ, ਉਹ ਸਵਾਲ ਡਾਂਗਾਂ ਲੈ ਕੇ ਕਰਨ ਦੀ ਲੋੜ ਨਹੀਂ, ਜਿਵੇਂ ਕਹਿੰਦੇ ਕਿ ਪੰਜਾਬ ਦੇ ਮੰਤਰੀ ਦੀਆਂ ਗੱਡੀਆਂ ਘੇਰੀਆਂ ਜਾ ਰਹੀਆਂ ਡਾਂਗਾਂ ਲੈ ਕੇ, ਅਤੇ ਉਹ ਜ਼ਮੀਨ ਵਾਲਾ ਮਸਲਾ, ਸੋ ਉਸ ਮਸਲਿਆਂ ਦੇ ਉੱਤੇ ਜੇਕਰ ਮੰਤਰੀ ਤੱਕ ਕਰਨ ਲੱਗੇ ਨੇ, ਇਹਦਾ ਮਤਲਬ ਜਨਤਾ ਜਾਗ ਤਾਂ ਜ਼ਰੂਰ ਰਹੀ ਆ, ਪਰ ਉਹ ਡਾਂਗਾਂ ਨਾਲ ਜਾਗਣ ਦੀ ਲੋੜ ਨਹੀਂ, ਸਵਾਲਾਂ ਨਾਲ ਸਰਕਾਰਾਂ ਨੂੰ ਜਗਾਉਣ ਦੀ ਲੋੜ ਆ। ਸੋ ਇਸ ਲਈ ਸਵਾਲ ਕਰਦੇ ਰਹਿਣਾ, ਅਸੀਂ ਵੀ ਇਸ ਪ੍ਰੋਗਰਾਮ ਦੇ ਰਾਹੀਂ ਤੁਹਾਡੇ ਤੱਕ ਲੈ ਕੇ ਆਉਂਦੇ ਹਾਂ ਉਹ ਸਵਾਲ ਜੋ ਤੁਹਾਡੇ ਮਨਾਂ 'ਚ ਨੇ, ਅਤੇ ਤੁਹਾਡੇ ਸਵਾਲਾਂ ਦਾ ਜਵਾਬ ਮੰਗਦੇ ਹਾਂ ਸਰਕਾਰਾਂ ਤੋਂ ਜੋ ਤੁਸੀਂ ਲੈਣਾ ਚਾਹੁੰਦੇ ਹੋ। ਇਸ ਲਈ ਪਰਤਾਂਗੇ ਫਿਰ ਨਵੇਂ ਮਹਿਮਾਨਾਂ ਨਾਲ, ਨਵੇਂ ਸਵਾਲਾਂ ਨਾਲ, ਨਵੀਆਂ ਚਰਚਾਵਾਂ ਨਾਲ। ਤੁਸੀਂ ਵੇਖਦੇ ਰਹੋ ਵਿਜ਼ਨ ਪੰਜਾਬ ਟੀਵੀ, ਹਰ ਕਦਮ ਤੁਹਾਡੇ ਨਾਲ।